ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ, ਕਰੰਟ ਇਸ਼ੂ ਲਈ ਚੱਲਦੇ ਹਾਂ ਬੰਬੇ। ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਦਿਨਾਂ ਵਿੱਚ ਮੋਦੀ ਸਾਹਿਬ ਦੇ ਵੱਲੋਂ ਇੱਕ ਆਰਕਸ਼ਨ ਦਿੱਤਾ ਗਿਆ ਹੈ ਔਰ ਇਸ ਆਰਕਸ਼ਨ ਨੂੰ ਲੈ ਕੇ ਅਲੱਗ ਅਲੱਗ ਲੋਕਾਂ ਦੀ ਆਪਣੀ ਆਪਣੀ ਵਿਚਾਰਧਾਰਾ ਹੈ, ਆਪਣੀ ਆਪਣੀ ਸੋਚ ਹੈ। ਕੋਈ ਇਸ ਨੂੰ ਪੋਜ਼ਿਟਿਵ ਕਹਿ ਰਿਹਾ, ਕੋਈ ਨੈਗੇਟਿਵ ਕਹਿ ਰਿਹਾ, ਲੇਕਿਨ ਮੇਰੇ ਨਾਲ ਧਨਵਾਨ ਭਾਰਤ ਪਾਰਟੀ ਦੇ ਫਾਊਂਡਰ ਮੇਰੇ ਨਾਲ ਕੁਲਵਿੰਦਰ ਸਿੰਘ ਬਾਠ ਜੀ ਜੁੜ ਚੁੱਕੇ ਨੇ ਬੰਬੇ ਤੋਂ। ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਦੀ ਪਾਰਟੀ ਇਸ ਆਰਕਸ਼ਨ ਨੂੰ ਲੈ ਕੇ ਕੀ ਸੋਚ ਰਹੀ ਹੈ। ਬਾਠ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਹੈਲੋ ਬਾਠ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਥੈਂਕ ਯੂ, ਥੈਂਕ ਯੂ। ਮੋਦੀ ਸਾਹਿਬ ਵੱਲੋਂ ਜਿਹੜਾ ਆਰਕਸ਼ਨ ਦਿੱਤਾ ਗਿਆ, ਤੁਹਾਡੀ ਪਾਰਟੀ ਦੇ ਕੀ ਵਿਚਾਰ ਨੇ? ਐਜ਼ ਏ ਫਾਊਂਡਰ ਤੁਸੀਂ ਕੀ ਸੋਚਦੇ ਹੋ? ਉਹ ਨਵਾਂ ਲੋਲੀਪੌਪ ਦਿੱਤਾ ਇਲੈਕਸ਼ਨ ਦਾ, ਦੁਨੀਆ ਨੂੰ ਪਾਗਲ ਬਣਾਉਣ ਨੂੰ 70 ਸਾਲ ਤੋਂ ਇਹੀ ਕੰਮ ਕਰ ਰਹੇ ਆ ਸਾਰੀਆਂ ਪਾਰਟੀਆਂ ਵਾਲੇ। ਦੂਜੀਆਂ ਪਾਰਟੀਆਂ ਵੀ ਤੇ ਦੂਜੀਆਂ ਪਾਰਟੀਆਂ ਨੇ ਵੀ ਸਮਰਥਨ ਦੇ ਦਿੱਤਾ, ਕਿਉਂਕਿ ਪਰਮਾਨੈਂਟ ਸੋਲੂਸ਼ਨ ਕਿਸੇ ਕੋਲ ਹੈ ਹੀ ਨਹੀਂ ਗਾ। ਕਿਉਂਕਿ ਜਦ ਜੋਬ ਤੁਸੀਂ ਇਲੈਕਸ਼ਨ ਤਾਂ ਦਓਗੇ ਨਾ, ਜੇ ਤੁਹਾਡੇ ਖਾਣਾ ਦਾ ਤੁਸੀਂ ਬਾਅਦ ਦਓਗੇ ਨਾ, ਜੇ ਤੁਹਾਡੀ ਪਲੇਟ 'ਚ ਖਾਣਾ ਹੋਊਗਾ ਤਾਂ ਜੋਬ ਤਾਂ ਹੈ ਹੀ ਨਹੀਂ ਆ, ਤਾਂ ਉਹਦਾ ਇਲੈਕਸ਼ਨ ਦੇ ਕੇ ਕੀ ਕਰੋਗੇ ਤੁਸੀਂ? ਉਹਨੂੰ ਜੋਬ ਹੀ ਨਹੀਂ ਹੈਗੀ ਨਾ, ਤਾਂ ਜੋਬ ਕ੍ਰੀਏਟ ਨਹੀਂ ਜਦੋਂ ਤੱਕ ਹੋਣੀਆਂ ਤਾਂ ਇਲੈਕਸ਼ਨ ਦੋ, ਉਹਦਾ ਕੋਈ ਮਤਲਬ ਹੀ ਨਹੀਂ ਬਣਦਾ ਨਾ। ਬਿਲਕੁਲ, ਉਸ ਗੱਲ ਦਾ ਕੋਈ ਮਤਲਬ ਬਣਦਾ ਹੈਗਾ? ਜਦੋਂ ਤੱਕ ਅਸੀਂ ਕੀ ਕਹਿੰਦੇ ਹੈਗੇ, ਅਸੀਂ ਸਿਸਟਮ ਚੇਂਜ ਕਰਾਂਗੇ, ਸਿਸਟਮ ਚੇਂਜ ਹੋਏਗਾ ਤਾਂ ਜੋਬ ਕ੍ਰੀਏਟ ਹੋਣਗੀ, ਜੋਬ ਕ੍ਰੀਏਟ ਹੋਏਗੀ ਤਾਂ ਤੁਹਾਨੂੰ ਇਲੈਕਸ਼ਨ ਦੀ ਲੋੜ ਹੀ ਨਹੀਂ ਪਏਗੀ। ਬਿਲਕੁਲ, ਇਹ ਤੇ ਇਹਨਾਂ ਦਾ ਲੋਲੀਪੌਪ ਹੈ, ਇੰਨੀ ਦੁਨੀਆ ਪਾਗਲ ਨਹੀਂ ਹੈਗੀ। ਗੱਲਾਂ ਹੀ ਛੱਡ ਦਿਓ, ਉਹ ਤੇ ਬਿਲਕੁਲ ਛੱਡ ਦਿਓ। 70 ਸਾਲਾਂ ਤੋਂ ਇਹਨਾਂ ਨੂੰ ਯਾਦ ਨਹੀਂ ਆਇਆ, ਨਾ ਕਾਂਗਰਸ ਵਾਲਿਆਂ ਨੂੰ ਆਇਆ, ਨਾ ਇਹਨਾਂ ਨੂੰ ਆਇਆ, ਕਿਸੇ ਨੂੰ ਯਾਦ ਨਹੀਂ ਆਇਆ। ਪਰ ਕਿਉਂਕਿ ਕਿਸੇ ਪਾਰਟੀ ਕੋਲ ਵੀ ਕੋਈ ਵੀ ਸਮਾਧਾਨ ਨਹੀਂ ਹੈਗਾ ਪ੍ਰੋਬਲਮ ਦਾ, ਕਿ ਜੋਬ ਕਿੱਦਾਂ ਕ੍ਰੀਏਟ ਕਰਨੇ ਆ। ਅਸੀਂ ਜਿਹੜਾ ਸਿਸਟਮ ਲੈ ਕੇ ਆ ਰਹੇ ਹਾਂ ਉਹਦੇ ਦੇ ਵਿੱਚ ਕਰੋੜਾਂ ਜੋਬ ਕ੍ਰੀਏਟ ਹੋ ਰਹੀ ਆ। ਮੈਂ ਕਹਿ ਰਿਹਾ 3 ਸਾਲਾਂ 'ਚ ਲੋਕਾਂ ਨੂੰ ਜੋਬ ਕਰਨ ਵਾਸਤੇ ਇੰਡੀਆ ਜਾਣਾ ਪਏਗਾ, ਸਾਡੇ ਕੋਲ ਹੋਣੇ ਨਹੀਂ ਵਰਕਰ। ਇਹ ਜਦ ਤੱਕ ਸਿਸਟਮ ਚੇਂਜ ਨਹੀਂ ਕਰਨਾ ਜਿਹੜਾ ਅਸੀਂ ਮੁੱਦਾ ਲੈ ਕੇ ਚੱਲੇ ਹਾਂ, ਅਸੀਂ ਉਠਾਇਆ, ਇਹਦੇ ਨਾਲ ਹੀ ਦੇਸ਼ 'ਤੇ ਜੁੜਨਾ, ਉਹਦੇ ਨਾਲ ਹੀ ਸਮਾਧਾਨ ਹੋਣਾ, ਹੋਰ ਕੋਈ ਸਮਾਧਾਨ ਨਹੀਂ ਹੈਗਾ। ਬਿਕੋਜ਼ ਆਫ ਦੈਟ ਵੀ ਸੇ ਦਾ ਧਨਵਾਨ ਭਾਰਤ ਇਜ਼ ਦਾ ਫਿਊਚਰ ਆਫ ਇੰਡੀਆ। ਧਨਵਾਨ ਭਾਰਤ ਫਿਊਚਰ ਆਫ ਇੰਡੀਆ, ਬਿਲਕੁਲ। ਪਰ ਬਾਦਸ਼ਾਹ ਦੇ ਪਾਰਟੀ ਨਵੀਂ ਹੋਣ ਕਰਕੇ ਹੋ ਸਕਦਾ ਕਿ ਲੋਕਾਂ ਦਾ ਵਿਸ਼ਵਾਸ ਤੁਸੀਂ ਨਾ ਜਿੱਤ ਸਕੋ? ਕੋਈ ਮਤਲਬ ਹੀ ਨਹੀਂ, ਲੋਕਾਂ ਨੂੰ ਪਤਾ ਨਾ, ਲੋਕਾਂ ਨੂੰ ਪਤਾ ਹੈ ਸਾਰੇ ਲੋਲੀਪੌਪ ਦੇ ਰਹੇ ਆ, ਇਲੈਕਸ਼ਨ ਦੇ ਲੋਲੀਪੌਪ ਹੈ, ਕੋਈ ਵੀ ਕੰਮ ਨਹੀਂ ਹੁੰਦਾ ਗਾ। ਲੋਕ ਇੰਨੇ ਪਾਗਲ ਨਹੀਂ ਹੈਗੇ ਅੱਜ ਕਿ ਇਹਨੂੰ ਸੁਣ ਕੇ ਆਪਣੇ 5 ਸਾਲ ਫਿਰ ਖਰਾਬ ਕਰਨਗੇ। ਅਸੀਂ ਸਾਰਾ ਏਜੰਡਾ ਆਪਣਾ ਰੱਖ ਰਹੇ ਹਾਂ, ਅਸੀਂ 15-20 ਦਿਨਾਂ ਦੇ ਇੱਕ ਮਹੀਨੇ ਵਿੱਚ ਵੀ ਸਾਰੇ ਦੇਸ਼ ਦੇ ਵਿੱਚ ਫੈਲਾ ਦੇਣਾ ਆਪਣਾ ਏਜੰਡਾ, ਲੋਕ ਸਾਡੇ ਨਾਲ ਜੁੜ ਜਾਣਗੇ, ਕੋਈ ਮਤਲਬ ਨਹੀਂ। ਮੋਦੀ ਸਾਹਿਬ ਦਾ ਸਿਰਫ 2019 ਦਾ ਸਟੰਟ ਹੈ ਜਾਂ ਇਹਦੇ ਵਿੱਚ ਕੋਈ ਸੱਚਾਈ ਵੀ ਹੈ? ਸੱਚਾਈ ਤਾਂ ਤੁਸੀਂ ਤੁਹਾਡੇ ਸਾਹਮਣੇ ਆ ਨਾ, ਦੇਖੋ ਪਹਿਲੀ ਗੱਲ ਤਾਂ ਤੁਸੀਂ ਰੂਟ ਦੇਖੋ ਨਾ, ਜੜ ਦੇਖੋ ਨਾ, ਜੋਬ ਹੀ ਨਹੀਂ ਹੈਗੇ ਤਾਂ ਉਹਦੇ ਤੁਸੀਂ ਇਲੈਕਸ਼ਨ ਦੇ ਦਿਓ, ਚਾਹੇ 100% ਇਲੈਕਸ਼ਨ ਦੇ ਦਿਓ ਤਾਂ ਕੀ ਫਾਇਦਾ ਹੋਊਗਾ ਉਹਦਾ? ਕੋਈ ਫਾਇਦਾ ਹੈਗਾ ਉਹਦਾ ਦੱਸੋ ਤੁਸੀਂ ਮੈਨੂੰ? ਕੋਈ ਫਾਇਦਾ ਨੀਗਾ, ਕਿਉਂਕਿ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ, ਕਦੇ ਇੱਧਰੋਂ ਉਹਨਾਂ ਨੂੰ ਮੋੜਿਆ ਜਾਂਦਾ, ਕਦੇ ਇੱਧਰੋਂ ਮੋੜਿਆ ਜਾਂਦਾ ਕਿ ਲੋਕਾਂ ਨੂੰ ਪਾਗਲ, ਉਹਨਾਂ ਨੂੰ ਬਿਜ਼ੀ ਰੱਖੋ ਕਿ ਹਾਂ ਵੀ ਇਹ ਦੇ ਦਿਆ, ਉਹ ਦੇ ਦਿਆ। ਮਿਲਦਾ ਜੇਬ ਮੇ ਕਿਆ ਆਤਾ ਹੈ, ਕੁਛ ਵੀ ਨਹੀਂ ਆਤਾ ਨਾ, ਪ੍ਰੇਰਿਤ ਕੁਛ ਵੀ ਨਹੀਂ ਮਿਲਦਾ ਨਾ ਉਹਨਾਂ ਨੂੰ। ਪੀਪਲ ਆਰ ਨੋਟ ਪਾਗਲ, ਤੁਹਾਡੀ ਪਾਗਲ ਨਹੀਂ ਹੈ, ਤੁਹਾਡੀ ਤਾਂ ਆਵਾਮ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਕਿਸ ਤਰ੍ਹਾਂ ਲੰਘੇ ਮੋਦੀ ਦੇ 4.5 ਸਾਲ? ਉਹਦੇ ਸਾਰਿਆਂ ਨੂੰ ਪਤਾ ਹੀ ਹੈ ਨਾ, ਸਿਰਫ ਐਡ ਐਡ ਕਰਦੇ, ਐਡ ਕਰਕੇ ਵੱਡੇ ਵੱਡੇ ਬੋਰਡ ਲਾ ਕੇ, ਲੱਖਾਂ ਹਜ਼ਾਰਾਂ ਕਰੋੜ ਉਹਦੇ ਚੋਂ ਕੱਢ ਲਿਆ ਇਹਨਾਂ ਨੇ, ਉਹ ਬੋਰਡ ਲਾ ਕੇ, ਤੇ ਉਹਦਾ ਗਰਾਊਂਡ ਤੇ ਜਿਹੜਾ ਅਸਰ ਹੁੰਦਾ ਤਾਂ ਫਿਰ ਜਿੱਦੇ ਨਾ, ਗਰਾਊਂਡ ਤੇ ਕੋਈ ਅਸਰ ਹੋਇਆ ਹੀ ਨਹੀਂ ਨਾ। ਗਰਾਊਂਡ ਤੇ ਕੰਮ ਕਰੋ ਨਾ, ਗਰਾਊਂਡ ਜਿਹੜੇ ਇੰਨੀ ਵੱਡੀ ਵੱਡੀ ਐਡ ਲਗਾਉਂਦੇ ਹੋ, ਇੰਨਾ ਖਰਚਾ ਕਰਦੇ ਹੋ, ਗੌਰਮੈਂਟ ਦਾ ਪਬਲਿਕ ਦਾ ਪੈਸਾ ਜਿਹੜਾ ਤੁਸੀਂ ਖਰਚਾ ਕਰ ਰਹੇ ਹੋ ਉਹ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਸਤੇ, ਦੈਟ ਇਜ਼ ਰੋਂਗ, ਦੈਟ ਇਜ਼ ਰੋਂਗ। 10-12 ਹਜ਼ਾਰ ਕਰੋੜ ਜਿਹੜਾ ਗੈਸ ਦਾ, ਉਹਦੇ ਕਿੰਨੇ ਗੈਸ ਸਿਲੰਡਰ ਮਿਲ ਜਾਂਦੇ ਹੋਰ ਲੋਕਾਂ ਨੂੰ ਫ੍ਰੀ? ਮਤਲਬ ਜਿਹੜੇ ਬੋਰਡ ਜਿਹੜੇ ਬੋਰਡ ਤੇ ਮਤਲਬ ਗਾਡਰ ਲਾਏ ਜਾਂਦੇ ਨੇ, ਤੁਸੀਂ ਉਹਨਾਂ ਦੀ ਗੱਲਬਾਤ ਕਰ ਰਹੇ ਹੋ? ਹਾਂ, ਉਹ 10-12 ਹਜ਼ਾਰ ਕਰੋੜ ਉਹਦੇ ਤੇ ਖਰਚਾ ਕੀਤਾ ਹੈਗਾ, ਉਹ 10-12 ਹਜ਼ਾਰ ਕਰੋੜ ਚ ਕਿੰਨੇ ਗੈਸ ਸਿਲੰਡਰ ਫ੍ਰੀ ਮਿਲ ਜਾਂਦੇ ਗਰੀਬਾਂ ਨੂੰ? ਲੇਕਿਨ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਇਸ ਸਮੇਂ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਹ ਸਿਰਫ ਪਬਲਿਸਿਟੀ ਵੱਲ ਜ਼ਿਆਦਾ ਧਿਆਨ ਦਿੰਦੀ ਹੈ, ਉਸ ਤੇ ਪੈਸੇ ਜ਼ਿਆਦਾ ਲਾਉਂਦੀ ਹੈ? ਸਾਰੀਆਂ ਦਾ ਇਹੀ ਕੰਮ ਆ, ਸਾਰੀਆਂ ਪਾਰਟੀਆਂ ਦਾ ਇਹੀ ਕੰਮ ਹੈਗਾ ਨਾ। ਮਿਹਰਬਾਨੀ, ਇਸ ਕਰਕੇ ਤੇ ਕਿਉਂਕਿ ਕਿਸੇ ਕੋਲ ਕੋਈ ਆਈਡੀਓਲੋਜੀ ਨਹੀਂ ਹੈਗੀ ਨਾ, ਕਿ ਕੀ ਵਾਟ ਦੇ ਵਾਂਟ ਟੂ ਡੂ ਫੋਰ ਦਾ ਪਬਲਿਕ, ਨਾਗਰਿਕ ਵਾਸਤੇ ਕੋਈ ਵੀ ਕੁਛ ਨਹੀਂ, ਕਿਸੇ ਕੋਲ ਵੀ ਏਜੰਡਾ ਨਹੀਂ ਹੈਗਾ ਨਾਗਰਿਕ। ਬਹੁਤ ਬਹੁਤ ਮਿਹਰਬਾਨੀ ਬਾਠ ਸਾਹਿਬ, ਸਾਡੇ ਨਾਲ ਬੰਬੇ ਤੋਂ ਜੁੜੇ ਸਨ, ਜਿਹੜੇ ਦੱਸ ਰਹੇ ਸਨ ਕਿ 2019 ਦੀਆਂ ਚੋਣਾਂ ਲਈ ਇੱਕ ਲੋਲੀਪੌਪ ਦਿੱਤਾ ਜਾ ਰਿਹਾ ਹੈ।
ਨਰਿੰਦਰ ਮੋਦੀ ਜੀ ਵੱਲੋਂ। ਇਹ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।